ਵਿਰਸਾ ਸਿੰਘ ਦੁਆਰਾ ਅਨੁਵਾਦਿਤ ਮੈਕਸਿਮ ਗੁਰਕੀਦਾਂ ਲਿਖੀ ਪੁਸਤਕ ਹੈ ਮਾਲਵਾ ਤੇ ਹੋਰ ਕਹਾਣੀਆਂ ਪੰਜਵਾਂ ਭਾਗ ਮਾਲਵਾ ਦਾ ਝੁੱਗੀ ਦੇ ਕੋਲ ਇੱਕ ਦੂਜੇ ਦੇ ਸਾਹਮਣੇ ਬਾਪ ਤੇ ਬੇਟਾ ਵੋਦਕਾ ਪੀ ਰਹੇ ਸਨ ਇਹ ਵੋਦਕਾ ਬੇਟਾ ਲਿਆਇਆ ਸੀ ਉਹ ਬਾਪ ਨੂੰ ਖੁਸ਼ ਕਰਨਾ ਚਾਹੁੰਦਾ ਸੀ ਸਿਰ ਯੋਜਕਾ ਨੇ ਉਹਨੂੰ ਦੱਸਿਆ ਸੀ ਕਿ ਮਾਲਵਾ ਕਰਕੇ ਉਹਦਾ ਬਾਪ ਉਹਤੇ ਬਹੁਤ ਗੁੱਸੇ ਹੈ ਤੇ ਉਹਨੇ ਮਾਲਵਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਇਸੇ ਕਾਰਨ ਮਾਲਵਾ ਯਾਕੂਬ ਤੋਂ ਆਪਣੇ ਆਪ ਨੂੰ ਬਚਾ ਰਹੀ ਸੀ ਸਿਰਯੋਜਕਾ ਨੇ ਉਹਨੂੰ ਹੱਸ ਕੇ ਕਿਹਾ ਸੀ ਤੇਰੀ ਬਦਮਾਸ਼ੀ ਦਾ ਉਹ ਮਜ਼ਾ ਚਖਾਵਾਂਗੇ ਤੇਰੀ ਬਦਮਾਸ਼ੀ ਦਾ ਉਹ ਮਜ਼ਾ ਚਖਾਵੇਗਾ ਉਸ ਮਹਿੰਦੀ ਰੰਗੇ ਵਾਲਾਂ ਵਾਲੇ ਆਦਮੀ ਤੇ ਵੈਸ਼ੀ ਹਸੇ ਨਾਲ ਯਾਕੂਬ ਦਾ ਮਨ ਆਪਣੇ ਬਾਪ ਦੇ ਪ੍ਰਤੀ ਗੁੱਸੇ ਨਾਲ ਭਰ ਆਇਆ ਸੀ ਇਤੋਂ ਵੱਧ ਮਾਲਵਾ ਦਾ ਵਿਹਾਰ ਉਦਕ ਕਦੇ ਉਸ ਵਲ ਵੇਖਣਾ ਜਿਵੇਂ ਪਰੋਸੀ ਥਾਲੀ ਦੂਰ ਤੋਂ ਵਿਖਾ ਕੇ ਲਲਚਾਰੀ ਹੋਵੇ ਤੇ ਕਦੇ ਇਸ ਤਰ੍ਹਾਂ ਕਿ ਮੈਂ ਤਾਂ ਤੇਰੇ ਤੇ ਜਾਨ ਦਿੰਨੀ ਆ ਯਾਕੂਬ ਲਈ ਅਸਹਿ ਹੋ ਰਿਹਾ ਸੀ ਤੇ ਉਹ ਜੀ ਸਥਿਤੀ ਵਿੱਚ ਆਪਣੇ ਪਿਤਾ ਨੂੰ ਰਸਤੇ ਦਾ ਰੋੜਾ ਸਮਝ ਕੇ ਉਹ ਅੱਜ ਇੱਥੇ ਆਇਆ ਸੀ ਪਰ ਇਹ ਰੋੜਾ ਜਿਆ ਨਹੀਂ ਸੀ ਕਿ ਆਦਮੀਆਂ ਨੂੰ ਲੰਘ ਨਾ ਸਕੇ ਉਹਨੂੰ ਆਪਣੇ ਬਾਪ ਤੋਂ ਜ਼ਰਾ ਡਰ ਨਹੀਂ ਸੀ ਲੱਗ ਰਿਹਾ ਤੇ ਉਹਨੂੰ ਇਸ ਤਰ੍ਹਾਂ ਘੂਰ ਰਿਹਾ ਸੀ ਜਿਵੇਂ ਕਹਿ ਰਿਹਾ ਹੋਵੇ ਹੱਥ ਤਾਂ ਲਾ ਕੇ ਵੇਖ ਉਹ ਦੋ ਪੈਗ ਪੀ ਚੁੱਕੇ ਸਨ ਪਰ ਮੱਛੀ ਦੇ ਕਾਰਖਾਨੇ ਦੀ ਇੱਕ ਅੱਧ ਗੱਲ ਤੋਂ ਸਿਵਾਏ ਉਹਨਾਂ ਕੋਈ ਗੱਲ ਨਾ ਕੀਤੀ। ਅੱਗ ਜਿਵੇਂ ਅਜੇ ਕੱਖਾਂ ਥੱਲੇ ਸੀ। ਕੀ ਸ੍ਰਿਯੋਜ ਘਾਜੇ ਵੀ ਨਸ਼ੇ 'ਚ ਧੁੱਤ ਰੰਦਾ? ਉਹ ਅਸਲੀ ਨੇ ਜਿਵੇਂ ਕੋਈ ਗੱਲ ਛੇੜਨੀ ਚਾਹੀ। ਉਹ ਆਪਣੀ ਆਦਤਾਂ ਤੋਂ ਬਾਹਰ ਆ ਸਕਦਾ ਪਹਿਲਾ ਕੁਝ ਹੋਰ ਵੋਦਕਾ ਪਾਉਂਦਾ ਯਾਕੋ ਬੋਲਿਆ। ਉਹਦਾ ਤਾਂ ਇਹ ਹਾਲ ਐ ਸਿਰ ਤੇ ਨੀ ਗੁੰਡਾ ਹੱਥੀ ਫਿਰੇ ਲੁੰਡਾ ਤੇ ਤੂੰ ਵੀ ਉਹਦੇ ਤੋਂ ਘਟ ਨਹੀਂ ਵਸਲੀ ਅਸਲੀ ਗੱਲ ਤੇ ਆਇਆ। ਮੈਂ ਵੀ ਉਹਦੇ ਵਰਗਾ ਯਾਕੂਬ ਹੈਰਾਨ ਹੋਇਆ ਬੋਲਿਆ ਮੈਨੂੰ ਤੇਰੀਆਂ ਸਾਰੀਆਂ ਕਰਤੋਤਾਂ ਦਾ ਪਤਾ ਹੈ ਤਿੰਨ ਮਹੀਨਿਆਂ ਤੋਂ ਤੂੰ ਇੱਥੇ ਡੇਰਾ ਜਮਾਈ ਬੈਠਾ ਹੈ ਕਿੰਨੇ ਪੈਸੇ ਜੁੜੇ ਨੇ ਵੋਦਕਾ ਦੇ ਭਰੇ ਗਲਾਸ ਨੂੰ ਢੀਕਦੇਂ ਵਸਲੀ ਨੇ ਪੁੱਛਿਆ ਇੰਨੇ ਘੱਟ ਸਮੇਂ 'ਚ ਮੈਂ ਕੀ ਬਚਾ ਸਕਦਾ ਸੀ ਯਾਕੂਬ ਨੇ ਕਿਹਾ ਜੇ ਅਜੇ ਹੀ ਗੱਲ ਤਾਂ ਮਟਰ ਗਸ਼ਤੀ ਦਾ ਕੀ ਫਾਇਦਾ ਪਿੰਡ ਦਫਾ ਹੋ ਯਾਕੂਬ ਲਗਾ ਹਹੀ ਕਰਨ ਦੰਦ ਕਿਵੇਂ ਕੱਢਦਾ ਹੈ ਤੇਰਾ ਬਾਪ ਤੇਰੇ ਨਾਲ ਗੱਲ ਕਰ ਰਿਹਾ ਹੈ ਤੇਰੀ ਇਹ ਹਿੰਮਤ ਬਾਪ ਦੀਆਂ ਝਿੜਕਾਂ ਨਾਲ ਉਹਦਾ ਗੁੱਸਾ ਧੂੰਣ ਸੁਆਇਆ ਹੋ ਗਿਆ ਪਰ ਉਹ ਗੁੱਸੇ ਨੂੰ ਪੀ ਜਾਣਾ ਚਾਹੁੰਦਾ ਸੀ ਸੱਚ ਤਾਂ ਇਹ ਸੀ ਕਿ ਉਹ ਆਪਣੇ ਬਾਪ ਦੀਆਂ ਅੱਖਾਂ ਵਿੱਚ ਲਖ ਖੂਨ ਉਤਰਿਆ ਵੇਖ ਕੇ ਸਹਿਮ ਗਿਆ ਸੀ ਇਸ ਸਨੇਚਰਵਾਰ ਹਿਸਾਬ ਕਿਤਾਬ ਕਰਕੇ ਤੋਂ ਤੁਰਦਾ ਹੋ ਬਾਪ ਨੇ ਆਖਰੀ ਫੈਸਲਾ ਸੁਣਾਇਆ ਮੈਂ ਨਹੀਂ ਜਾਵਾਂਗਾ ਯਾਕੋਬ ਨੇ ਹਟ ਕਰਦਿਆਂ ਕਿਹਾ ਤੇਰੀ ਇਹ ਮਜ਼ਾਨ ਅਗੋ ਜ਼ਬਾਨ ਲੜਾਉਣਾ ਵਸਲੀ ਦੇ ਗੁੱਸੇ 'ਚ ਭੁੱਲ ਕੰਮਰੇ ਸਨ ਗਲੇ ਦੀਆਂ ਰਗਾਂ ਜਿਵੇਂ ਪਾਟਣ ਤੇ ਆ ਗਈਆਂ ਹੋਣ ਮੈਨੂੰ ਚਾਰਨ ਦੀ ਕੋਸ਼ਿਸ਼ ਨਾ ਕਰ ਮੈਂ ਤੈਨੂੰ ਮਸਲ ਕੇ ਰੱਖ ਦਿਆਂ ਉਹ ਯਾਕੂਬ ਨੂੰ ਮਾਰਨ ਨੂੰ ਉਹ ਲਿਆ ਹੱਥ ਨਾਲਾਈ ਮੈਨੂੰ ਯਾਕੂਬ ਅੱਗ ਬਗੂਲਾ ਹੁੰਦਾ ਬੋਲਿਆ ਵਾਸਲੀ ਦੀਆਂ ਅੱਖਾਂ 'ਚ ਖੂਨ ਉਤਰਿਆ ਵਾਸਲੀ ਨੇ ਇੰਨੀ ਤੇਜ਼ੀ ਨਾਲ ਮੁੱਕਾ ਉਸ ਵੱਲ ਛੱਡਿਆ ਕਿ ਯਾਕੂਬ ਨੂੰ ਆਪਣਾ ਬਚਾਅ ਕਰਨਾ ਸੰਭਵ ਹੋ ਗਿਆ ਤੇ ਮੁੱਕਾ ਉਹਦੇ ਸਿਰ 'ਚ ਵੱਜਾ ਯਾਕੂਬ ਲੜਖੜਾ ਗਿਆ ਖਬਰਦਾਰ ਦੂਜਾ ਮੁੱਕਾ ਆਪਣੇ ਵੱਲ ਆਉਂਦਿਆਂ ਵੇਖ ਕੇ ਯਾਕੂਬ ਕੁਕਿਆ ਮੈਂ ਕਹਨਾ ਰੁਕ ਜਾ ਠਰਕੀ ਬੁੱਢਿਆ ਉ ਗੁੱਥਮ ਗੁੱਥੀ ਹੋਣ ਲੱਗੇ ਆਪਣੇ ਬਾਪ ਦੇ ਘਸੁੰਨਾ ਨੂੰ ਸਹੰਦਾ ਯਾਕੂਬ ਪਿੱਛੇ ਹਟਦਾ ਗਿਆ ਉਹਦਾ ਚਿਹਰਾ ਪੀਲਾ ਪੈ ਗਿਆ ਸੀ ਤੇ ਉਹਦੇ ਉਹਦਾ ਬਾਪ ਘਸੁੰਨਾ ਦੀ ਵਾਛੜ ਕਰਦਾ ਹੋਇਆ ਉਹਨੂੰ ਪਰਾਂ ਸੁੱਟਦਾ ਜਾ ਰਿਹਾ ਸੀ ਅੰਨੇ ਗੁੱਸੇ 'ਚ ਜੰਗਲੀ ਸੂਰ ਦੀ ਤਰ੍ਹਾਂ ਪਾਗਲਾਹਾਰ ਆਗਲ ਹੋ ਗਿਆ ਕਹਿੰਦਾ ਚਕਾਨੀ ਦੇ ਕੇ ਯਾਕੂਬ ਸਮੁੰਦਰ ਵੱਲ ਭੱਜ ਪਿਆ ਵਾਸਲੀ ਮਗਰ ਭੱਜਿਆ ਪਰ ਕਿਸੇ ਚੀਜ਼ 'ਤੇ ਟਕਰਾਨ ਕਰਕੇ ਉਹ ਜ਼ਮੀਨ 'ਤੇ ਢੇਰੀ ਹੋ ਗਿਆ ਉਹ ਹਫ ਚੁੱਕਾ ਸੀ ਤੇਰਾ ਸਤਿਆਨਾਸ ਹੋਵੇ ਬੁੱਢਾ ਕੰਬਦਾ ਹੋਇਆ ਚਿੱਲਾਇਆ ਥੋੜਾ ਪਰਾਂ ਜਾ ਕੇ ਯਕੂਬ ਰੁਕ ਗਿਆ ਤੇ ਆਪਣੇ ਜ਼ਖਮੀ ਸਿਰ ਨੂੰ ਪਲੋਸਣ ਲੱਗਾ ਉਹਦੀ ਕਮੀਜ਼ ਫਟ ਚੁੱਕੀ ਸੀ ਹੁਣ ਉਹਦੇ ਮਨ ਵਿੱਚ ਉਹਦੇ ਬਾਪ ਪ੍ਰਤੀ ਨਫ਼ਰਤ ਤੋਂ ਵੱਧ ਕੁਝ ਨਹੀਂ ਸੀ ਤੇਰਾ ਕੱਖ ਨਾ ਰਹੇ ਵਸਲੀ ਅਜੇ ਵੀ ਜ਼ੋਰ-ਜ਼ੋਰ ਦੇ ਚਿੱਲਾ ਰਿਹਾ ਸੀ ਜਿਵੇਂ ਉਹਨੂੰ ਸਰਾਪ ਦੇ ਰਿਹਾ ਹੋਵੇ ਭੌਂਕ ਲੈ ਬੁੱਢਿਆ ਬਕਵਾਸ ਕਰਨ ਨਾਲ ਤੇਰੀ ਜ਼ੁਬਾਨ ਹੀ ਗੰਦੀ ਹੋਏਗੀ ਮੇਰਾ ਕੁਛ ਨਹੀਂ ਵਿਗੜਨਾ ਮੈਂ ਥੋ ਜਾਣ ਵਾਲਾ ਨਹੀਂ ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾ ਲੈ। ਇਹਨਾਂ ਕਹਿ ਕੇ ਉਹਨੇ ਮੁੱਕਾ ਤਾਣ ਕੇ ਆਪਣੇ ਬਾਪ ਨੂੰ ਹੋਰ ਚੜਾਇਆ ਤੇ ਬੇਸ਼ਰਮੀ ਹਾਸਾ ਹੱਸਿਆ। ਮੈਂ ਤੈਨੂੰ ਜਾਨੋਂ ਮਾਰ ਦਿਆਂਗਾ। ਬੁੱਢਾ ਗੁੱਸੇ 'ਚ ਅੰਨਾ ਹੋਇਆ ਮਗਰ ਭੱਜਿਆ। ਸ਼ਰਮ ਕਰ ਬੁੱਢਿਆ ਸ਼ਰਮ। ਬੁੱਢੇ ਬਾਰੇ ਇਸ਼ਕ ਕਰਦਾ ਥੂ ਤੇਰੇ ਦੇ। ਥੁੱਕਦਾ ਹੋਇਆ ਯਾਕੂਬ ਬੋਲਿਆ। ਤੈਨੂੰ ਪਏ ਫੜਕੀ ਤੇਰਾ ਹੋਏ ਸਤਿਆਨਾਜ਼। ਬੁੱਢਾ ਗਾਲਾਂ ਤੇ ਗਾਲਾਂ ਬਕੀ ਜਾ ਰਿਹਾ ਸੀ। ਹਫਦਿਆਂ ਕਰੇਜਦੇ ਆ ਬੁੱਢੇ ਦੀ ਕਮਰ ਦੁਖਣ ਲੱਗ ਪਈ ਸੀ ਉਹਦਾ ਪੋਰ ਪੋਰ ਜਿਵੇਂ ਦੁਖ ਰਿਆ ਸੀ ਫਿਰ ਝੁੱਗੀ ਵੱਲ ਵਾਪਸ ਮੁੜਨ ਲੱਗਾ ਝੁੱਗੀ ਅੰਦਰ ਵੜਦੇ ਹੀ ਉਹਨੇ ਇੱਕ ਮੋਟਾ ਪੈਗ ਅੰਦਰ ਸੁੱਟਿਆ ਆਖਰ ਮੈਂ ਬੁੱਢਾ ਹੋ ਗਿਆ ਉਹ ਜ਼ੋਰ ਦੀ ਬੜਬੜਾਇਆ ਤੇ ਬਾਹਰ ਰੇਤ ਦੀ ਢੇਰੀ ਹੋ ਗਿਆ ਉਹਦੇ ਸਾਹਮਣੇ ਸਮੁੰਦਰ ਫੈਲਿਆ ਹੋਇਆ ਸੀ ਲਹਿਰਾਂ ਹਮੇਸ਼ਾ ਦੀ ਤਰ੍ਹਾਂ ਸ਼ੋਰ ਮਚਾ ਰਹੀਆਂ ਸਨ ਫਿਰ ਉਹਨੂੰ ਆਪਣੇ ਪੁੱਤਰ ਦੇ ਬੋਲ ਯਾਦ ਆਏ ਕਾਂਸ਼ ਇਸ ਸਮੁੰਦਰ ਕਾਲੀ ਧਰਤੀ ਹੁੰਦੀ ਤੇ ਅਸੀਂ ਇਹਨੂੰ ਬਾਹ ਸਕਦੇ ਉਹਨੂੰ ਆਪਣੀ ਪਤਨੀ ਰਹਿ ਰਹਿ ਕੇ ਯਾਦ ਆ ਰਹੀ ਸੀ ਜਿਨੇ ਉਸ ਨਾਲ 15 ਸਾਲ ਪੂਰੀ ਇਮਾਨਦਾਰੀ ਨਾਲ ਨਿਭਾਏ ਸਨ ਉਸੇ ਨੂੰ ਇਹਨੇ ਮਾਲਵਾ ਜਈ ਬਦਜ਼ਾਤ ਔਰਤ ਕਾਰਨ ਛੱਡ ਦਿੱਤਾ ਸ਼ਾਇਦ ਉਸੇ ਦੀ ਸਜ਼ਾ ਰੱਬ ਨੇ ਅੱਜ ਉਹਦੇ ਬਾਗੀ ਬੇਟੇ ਦੇ ਹੱਥੋਂ ਦਵਾਈ ਹੈ ਅਜਿਹਾ ਹੋਣਾ ਹੀ ਸੀ ਉਹਦੇ ਪੁੱਤਰ ਨੇ ਅੱਜ ਉਹਦੀ ਖਿੱਲੀ ਉਡਾਈ ਸੀ ਜਿਸ ਬੇਟੇ ਨੇ ਅੱਜ ਉਹਨੂੰ ਇਸ ਤਰ੍ਹਾਂ ਦੁੱਖ ਪਹੁੰਚਾਇਆ ਸੀ ਉਹਦਾ ਮਰ ਜਾਣਾ ਹੀ ਚੰਗਾ ਇਸਾਬ ਨੇ ਕਿਉਂ ਕੀਤਾ ਇੱਕ ਬਦਕਾਰ ਔਰਤ ਦੇ ਲਈ ਜਿਹੜੀ ਪਾਪ ਦੀ ਜ਼ਿੰਦਗੀ ਬਤਾਉਂਦੀ ਏ ਉਸ ਵਰਗੇ ਇੱਕ ਬੁੱਢੇ ਲਈ ਆਪਣੀ بیوی ਬੇਟੇ ਨੂੰ ਭੁੱਲ ਕੇ ਇੱਕ ਜਹੀ ਔਰਤ ਦੇ ਨਾਲ ਰਹਿਣਾ ਕਿੰਨਾ ਵੱਡਾ ਪਾਪ ਏ ਤੇ ਇਸੇ ਲਈ ਭਗਵਾਨ ਨੇ ਆਪਣੇ ਪਵਿੱਤਰ ਕਰੋਧ ਨਾਲ ਉਹਨੂੰ ਆਪਣੇ ਫਰਜ਼ਾਂ ਪ੍ਰਤੀ ਸਾਵਧਾਨ ਕੀਤਾ ਤੇ ਉਹਦੇ ਪੁੱਤਰ ਦੇ ਹੀ ਹੱਥੋਂ ਜ਼ਲੀਲ ਕਰਵਾ ਕੇ ਇਨਸਾਫ ਕੀਤਾ ਇਦਾਂ ਹੀ ਹੋਣਾ ਚਾਹੀਦਾ ਸੀ ਮੇਰੇ ਪ੍ਰਭੂ ਵਾਸਲੀ ਨੇ ਆਪਣੀ ਛਾਤੀ ਤੇ ਕ੍ਰਾਸ ਦਾ ਚਿੰਨ੍ਹ ਬਣਾਇਆ ਤੇ ਹੰਝੂਆਂ ਨਾਲ ਭਰੀਆਂ ਅੱਖਾਂ ਨੂੰ ਝਪਕ ਕੇ ਗੱਲਾਂ ਤੱਕ ਆਏ ਖਾਰੇ ਪਾਣੀ ਨੂੰ ਪੂੰਝਿਆ ਸੂਰਜ ਸਮੁੰਦਰ 'ਚ ਗੋਤੇ ਲਾ ਰਿਹਾ ਸੀ ਚਾਰੇ ਪਾਸੇ ਸਨਨਾਟਾ ਛਾ ਰਿਹਾ ਸੀ ਤੇ ਪਛਤਾਵੇ ਦੇ ਵਿਚਾਰਾਂ 'ਚ ਡੁੱਬਿਆ ਬੈਠਾ ਵਾਸਲੀ ਪਤਾ ਨਹੀਂ ਕਦੋਂ ਗਹਿਰੀ ਨੀਂਦ 'ਚ ਡੁੱਬ ਗਿਆ ਅਖੀਰਲਾ ਛੇਵਾਂਗ ਇਸ ਝਗੜੇ ਦੇ 2 ਦਿਨ ਬਾਅਦ ਕਈ ਮਾਛੀਆਂ ਦੇ ਨਾਲ ਯਾਕੋਵਿਕ ਅਗਨ ਬੋਟ ਚ ਬੈਠ ਕੇ ਮੱਛੀਆਂ ਦਾ ਸ਼ਿਕਾਰ ਕਰਨ ਲਈ ਸਮੁੰਦਰ ਚ ਕਾਰਖਾਨੇ ਤੋਂ 20 ਮੀਲ ਦੂਰ ਗਿਆ। 5 ਦਿਨਾਂ ਮਗਰੋਂ ਉਹ ਇਕੱਲਾ ਨਿੱਕੀ ਬੇੜੀ ਚ ਬੈ ਕਾਰਖਾਨੇ ਚ ਰਸਦ ਲੈਣ ਆਇਆ। ਉਹ ਦੁਪਹਿਰ ਵੇਲੇ ਕਾਰਖਾਨੇ ਪਹੁੰਚਿਆ, ਗਰਮੀ ਅਸਹਿ ਸੀ। ਤਪਦੀ ਰੇਤ ਵਿੱਚ ਉਹਦੇ ਪੈਰ ਸੜ ਰਹੇ ਸਨ ਤੇ ਮੱਛੀਆਂ ਦੇ ਕੰਡੇ ਤੇ ਹੱਡੀਆਂ ਉਹਦੇ ਪੈਰਾਂ ਚ ਚੁਗ ਰਹੀਆਂ ਸਨ। ਯਾਕੋਬ ਸੰਭਲ ਸੰਭਲ ਕੇ ਪੈਰ ਰੱਖਦਾ ਝੁੱਗੀਆਂ ਵੱਲ ਜਾ ਰਿਹਾ ਸੀ। ਜਲਦੀ ਜਲਦੀ ਝੁੱਗੀ ਚ ਜਾ ਕੇ ਕੁਝ ਖਾਣਾ ਚਾਹੁੰਦਾ ਸੀ ਕਿਉਂਕਿ ਭੁੱਖ ਨਾਲੋਂ ਬੇਹਾਲ ਹੋ ਰਿਹਾ ਸੀ ਮਾਲਵਾ ਨੂੰ ਦੇਖਣ ਲਈ ਉਬੇਬਲ ਹੋ ਰਿਹਾ ਸੀ ਪਿਛਲੇ 5 ਦਿਨੋਂ ਨੇ ਉਦਾਸੀ ਦੇ ਕੱਟੇ ਸੰਦੇ ਰਹਿ ਰਹਿ ਕੇ ਮਾਲਵਾ ਨੂੰ ਯਾਦ ਆ ਰਹੀ ਸੀ ਹੁਣ ਉਹ ਇਹ ਜਾਣਨ ਲਈ ਬੇਚੈਨ ਸੀ ਕਿ ਮਾਲਵਾ ਉਹਦੇ ਬਾਪ ਕੋਲ ਗਈ ਸੀ ਜਾਂ ਨਹੀਂ ਤੇ ਜੇ ਗਈ ਸੀ ਤਾਂ ਉਹਦੇ ਬਾਪ ਨੇ ਉਹਨੂੰ ਕੀ ਕਿਹਾ ਸੀ ਹੋ ਸਕਦਾ ਉਹਨੇ ਮਾਲਵਾ ਨੂੰ ਵੀ ਕੁੱਟਿਆ ਹੋਵੇ ਜੇ ਅਜਿਹਾ ਹੋਵੇ ਤਾਂ ਬਹੁਤ ਮਾੜਾ ਹੈ ਮੱਛੀ ਦੇ ਕਾਰਖਾਨੇ 'ਚ ਜੁੱਪਟਾ ਹੋਈ ਸੀ ਉੱਥੇ ਕੋਈ ਦਿਖਾਈ ਨਹੀਂ ਦਿੰਦਾ ਸੀ ਝੁੱਗੀਆਂ ਦੀਆਂ ਖਿੜਕੀਆਂ ਖੁੱਲੀਆਂ ਹੋਈਆਂ ਸਨ ਮੈਨੇਜਰ ਦੇ ਦਫ਼ਤਰ 'ਚ ਕੋਈ ਬੱਚਾ ਜ਼ੋਰ-ਜ਼ੋਰ ਦੀ ਰੋ ਰਿਹਾ ਸੀ ਉਹਨੂੰ ਕੋਈ ਆਵਾਜ਼ ਸੁਣਾਈ ਦਿੱਤੀ ਪੀਪਿਆਂ ਪਿੱਛੇ ਉਹਨੇ ਦੇਖਿਆ ਸਿਰਯੋਜਕਾ ਦਿਖਾਈ ਦਿੱਤਾ ਉਹਦੇ ਨਾਲ ਹੀ ਉਹਦਾ ਬਾਪ ਬੈਠਾ ਸੀ ਤੇ ਖੱਬੇ ਹੱਥ ਮਾਲਵਾ ਇਹ ਬੁੱਢਾ ਇੱਥੇ ਕੀ ਕਰ ਰਿਹਾ ਹੈ ਕੀ ਇਹਨੇ ਇੱਥੇ ਹੀ ਤਾਂ ਨਹੀਂ ਛੋਣੀ ਪਾਲੀ ਤਾਂ ਕਿ ਯਾਕੋਬ ਮਾਲਵਾ ਦੇ ਲਾਗੇ ਨਾ ਫਟਕ ਸਕੇ ਲਾਣਾ ਤੇ ਬੁੱਢੇ ਤੇ ਤੇ ਜੇ ਮਾਨੂੰ ਪਤਾ ਲੱਗੇ ਤਾਂ ਉੱਤੇ ਕੀ ਬੀਤੇ ਜਾ ਪਿੰਡ ਦੀ ਮਿੱਟੀ ਛਾਣ ਉਹਨੇ ਸਿਰਜਕਾ ਨੂੰ ਕਹਿੰਦੇ ਸੁਣਿਆ ਯਾਕੂਬ ਨੇ ਖੁਸ਼ੀ ਚੱਖਾਂ ਚਮਕੀਆਂ ਹਾਂ ਮੈਂ ਜਾਵਾਂਗਾ ਯਾਕੂਬ ਨੇ ਹੁਣ ਡਰ ਹੋ ਕੇ ਕਦਮ ਅੱਗੇ ਵਧਾਏ ਤੇ ਬੋਲਿਆ ਇਮਾਨਦਾਰ ਸਾਥੀਆਂ ਨੂੰ ਮੇਰਾ ਸलाम ਉਹਦੇ ਬਾਪ ਨੇ ਇੱਕ ਤੇਜ਼ ਨਜ਼ਰ ਨਾਲ ਉਸ ਵੱਲ ਵੇਖਿਆ ਤੇ ਫਿਰ ਮੂੰਹ ਫੇਰ ਲਿਆ ਦੇਖ ਮੇਰਾ ਪੁੱਤ ਵਾਪਸ ਆ ਗਿਆ ਤੇ ਅੱਗੇ ਉਹਨੇ ਆਪਣੇ ਸੁਭਾਵਕ ਸూర్ਜ ਚ ਗਿਆ ਇਹਦੀ ਖਲ ਲਾ ਕੇ ਪੇੜ ਦੀ ਖਲ ਦੀ ਤਰ੍ਹਾਂ ਢੋਲ ਤੇ ਮੜ ਦੇਣੀ ਚਾਹੀਦੀ ਹੈ ਮਾਲਵਾ ਫਿੱਕਾ ਜਿਹਾ ਹਸੀ ਮੈਂ ਤੇਰੀ ਉਡੀਕ ਕਰ ਰਿਆ ਸੀ ਪੁੱਤਰਾ ਵਸਲੀ ਨੇ ਯਾਕੂਬ ਨੂੰ ਪਲੋਸਿਆ ਯਾਕੂਬ ਨੂੰ ਲੱਗਾ ਜਿਵੇਂ ਉਹਦੀ ਆਵਾਜ਼ ਚ ਕਾਫੀ ਨਰਮਾਈ ਸੀ ਉਹਨੂੰ ਇਹ ਵੀ ਲੱਗਾ ਜਿਵੇਂ ਬੁੱਢਾ ਕੁਝ ਜ਼ਿਆਦਾ ਹੀ ਜ਼ਿੰਦਾਦਿਲ ਹੋਵੇ ਮੈਂ ਰਸਦ ਲੈਣ ਆਇਆ ਸੀ ਉਸਕੇ ਹੱਥੇ ਫਿਰ ਸਿਰੇਜ ਦਾ ਤੋਂ ਸਿਗਰਟ ਲਈ ਥੋੜਾ ਤੰਬਾਕੂ ਮੰਗਿਆ ਮੈਂ ਪਿੰਡ ਜਾ ਰਿਹਾ ਹਾਂ ਪੁੱਤਰਾ ਰੇਤ ਤੇ ਉਂਗਲੀ ਦੀ ਲਕੀਰ ਖਿੱਚਦੇ ਹੋਏ ਵਸਲੀ ਨੇ ਗੰਭੀਰਤਾ ਨਾਲ ਕਿਹਾ ਸੱਚ ਬੜੇ ਭੋਲੇਪਨ ਨਾਲ ਯਾਕੋਬ ਨੇ ਹੈਰਾਨੀ ਪ੍ਰਗਟਾਈ ਤੇ ਤੂੰ ਤੂੰ ਇੱਥੇ ਰੁਕੇਂਗਾ ਹਾਂ ਮੈਂ ਤੇ ਇੱਥੇ ਰੁਕਾਂਗਾ ਕਿਉਂਕਿ ਪਿੰਡੇ ਚ ਆਪਣੇ ਦੋਨਾਂ ਜੋਗਾ ਕੰਮ ਨਹੀਂ ਨਿਕਲਣਾ ਜਿਵੇਂ ਤੇਰੀ ਮਰਜ਼ੀ ਹੁਣ ਤੂੰ ਆਪਣਾ ਚੰਗਾ ਮੰਦਾ ਖੁਦ ਸੋਚ ਸਕਦਾ ਹੈ ਪਰ ਇਹ ਖਿਆਲ ਰੱਖੀਂ ਕਿ ਮੇਰਾ ਸਰੀਰ ਬਹੁਤਾ ਚੱਲਣ ਵਾਲਾ ਨਹੀਂ ਰਿਹਾ ਇਸ ਲਈ ਇਹਨਾਂ ਯਾਦ ਰੱਖੀਂ ਕਿ ਪਿੰਡ ਚ ਤੇਰੀ ਮਾਂ ਵੀ ਹੈ ਤੂੰ ਇਹਦਾ ਇੱਕੋ ਇੱਕ ਪੁੱਤ ਹੈ ਬੁੱਡੇ ਨੇ ਵਾਸਤਾ ਪਾਉਂਦੀਆਂ ਕਿਆ ਮੈਂ ਸਭ ਕੁਝ ਚੰਗੀ ਤਰ੍ਹਾਂ ਸਮਝਦਾ ਜਾਂ ਕੋ ਰੁੱਖਾ ਹੁੰਦਾ ਬੋਲਿਆ ਅੱਛਾ ਹੁਣ ਮੈਂ ਚੱਲਦਾ ਖੜੇ ਹੁੰਦਿਆਂ ਵਾਸਲੇ ਨਹੀਂ ਕਿਆ ਬਾਕੀ ਤਿੰਨ ਵੀ ਉੱਠ ਖਲੋਤੇ ਬਹੁਤ ਚੰਗਾ ਵਾਸਲੇ ਦਾ ਹੱਥ ਜ਼ੋਰ ਨਾਲ ਦਬਾਉਂਦੀਆਂ ਤੇ ਗੰਭੀਰ ਮੁਸਕਾਨ ਲਿਆਉਂਦੀਆਂ ਸਿਰਯੋਜਕਾਂ ਨੇ ਕਿਆ ਅੱਛਾ ਮਾਲਵਾ ਵਿਦਾ ਬਿਨਾ ਮਾਲਵਾ ਵੱਲ ਦੇਖਿਆ ਬੁੱਡੇ ਨੇ ਬੈਠੀ ਵਾਸਚ ਕਿਆ ਅੱਛਾ ਵਿਦਾ ਯਾਕੋ ਉਸ ਦੁੱਖ ਭਰੇ ਸ਼ਬਦ ਵਿਦਾ ਜੋ ਇਹਨਾਂ ਭਲਾਂਜ ਕਈ ਵਾਰ ਗੁੰਜਿਆ ਸੀ ਨਿਜਵੇਂ ਯਾਕੂਬ ਦੇ ਦਿਲ 'ਚ ਆਪਣੇ ਬਾਪ ਦੇ ਪ੍ਰਤੀ ਕੋਮਲ ਭਾਵਨਾ ਨੂੰ ਜਗਾ ਦਿੱਤਾ ਸੀ ਪਰ ਉਹ ਸੋਚ ਨਾ ਸਕਿਆ ਕਿ ਇਸ ਭਾਵਨਾ ਨੂੰ ਕਿਵੇਂ ਪ੍ਰਗਟ ਕਰੇ ਮਾਲਵਾਦੀ ਤਰ੍ਹਾਂ ਉਹਨੂੰ ਛਾਤੀ ਨਾਲ ਲਾ ਕੇ ਜਾਂ ਸਿਰਯੋਜਕਾ ਦੀ ਤਰ੍ਹਾਂ ਹੱਥ ਮਿਲਾ ਕੇ ਆਪਣੇ ਪੁੱਤਰ ਦੇ ਚਿਹਰੇ ਦੇ ਭਾਵਾਂ ਨੂੰ ਪੜਦੇਆਂ ਵਸਲੀ ਦਾ ਕਲੇਜਾ ਜਿਵੇਂ ਫਟਣ ਫਟਣ ਕਰ ਰਿਹਾ ਹੋਵੇ ਪਰ ਨਾਲ ਹੀ ਇਸ ਵੇਲੇ ਵੀ ਉਹਦੇ ਮਨ 'ਚ ਕੁਝ ਅਜਿਹੇ ਭਾਵ ਸੀ ਜਿਵੇਂ ਉਹਨੂੰ ਯਾਕੂਬ ਦੀ ਹਾਜ਼ਰੀ 'ਚ ਸ਼ਰਮ ਮਹਿਸੂਸ ਹੋ ਰਹੀ ਹੋਵੇ ਅੱਛਾ ਆਪਣੀ ਮਾਂ ਨੂੰ ਭੁੱਲ ਨਾ ਜਾਈ ਉਹਨੇ ਜਾਂਦਿਆਂ ਜਾਂਦਿਆਂ ਵੀ ਕਿਹਾ ਤੁਸੀਂ ਮੇਰੀ ਚਿੰਤਾ ਨਾ ਕਰੋ ਮੈਂ ਕੋਈ ਗਲਤ ਕੰਮ ਨਹੀਂ ਕਰਾਂਗਾ ਵਸਲੀ ਨੇ ਆਪਣਾ ਸਿਰ ਹਿਲਾ ਕੇ ਕਿਹਾ بس ਮੈਂ ਇਹੀ ਕਹਿਣਾ ਸੀ ਪ੍ਰਭੂ ਤੁਹਾਡਾ ਸਭ ਦਾ ਭਲਾ ਕਰੇ ਮੇਰੀ ਜਗ੍ਹਾ ਤੇ ਕਾਰਖਾਨੇ ਦੇ ਫਾਟਕ ਦੀ ਚੌਕੀਦਾਰੀ ਦਾ ਕੰਮ ਹੁਣ ਸ੍ਰੀ ਯੋਜਕਾ ਹੀ ਕਰੇਗਾ ਅੱਛਾ ਵਿਦਾ ਚਲ ਥੋੜੀ ਦੂਰ ਮੈਂ ਤੈਨੂੰ ਛੱਡ ਆਵਾਂ ਮਾਲਵਾ ਨੇ ਕਿਹਾ ਯਾਕੋਵ ਵੀ ਮਾਲਵਾ ਦੇ ਪਿੱਛੇ-ਪਿੱਛੇ ਚੱਲਣ ਲੱਗਾ ਝੱਟ ਸ੍ਰੀ ਯੋਜਕਾ ਨੇ ਉਹਨੂੰ ਵੱਢ ਲਿਆ ਤੂੰ ਕਿੱਥੇ ਚੱਲਿਆ ਤਡ ਮੈਨੂੰ ਜਾਣਦੇ ਜ਼ਰਾ ਮੇਰੇ ਕੋਲ ਤਾਂ ਬਹਿ ਚਲਿਆਂ ਵਾਲੀ ਗੱਲ ਨਾ ਕਰ ਤੂੰ ਜ਼ਰਾ ਬੈਠ ਤਾਂ ਸਹੀ ਯਾਕੋਬ ਬੈਠ ਗਿਆ ਤੂੰ ਕੀ ਚਾਹਨਾ ਹੈ ਯਾਕੋਬ ਨੇ ਦੰਦ ਪੀਨੇ ਆ ਕਿਹਾ ਹੁਣੇ ਦੱਸਦਾ ਮੈਂ ਹੁਣੇ ਸੋਚ ਕੇ ਦੱਸਦਾ ਯਾਕੋਬ ਸ਼ਾਂਤ ਹੋ ਗਿਆ ਮਾਲਵਾਤੀ ਵਸਲੀ ਥੋੜੀ ਦੂਰ ਤੱਕ ਚੁੱਪਚਾਪ ਚੱਲਦੇ ਰਹੇ ਵਸਿਆ ਕੀ ਇਹ ਮੈਂ ਜਾਣ ਬੁੱਝ ਕੇ ਤੇਰੇ ਤੇ ਤੇਰੀ ਪੁੱਤਰ ਦੀ ਲੜਾਈ ਕਰਵਾਈ ਸੀ ਲੜਾਈ ਨਾ ਹੁੰਦੀ ਤਾਂ ਤੁਸੀਂ ਦੋਵੇਂ ਸ਼ਾਂਤੀ ਨਾਲ ਰਹਿ ਸਕਦੇ ਸੀ ਤੁਜਿਆ ਕਿਉਂ ਕੀਤਾ ਮੈਂ ਨਹੀਂ ਜਾਣਦੀ ਬਹੁਤ ਚੰਗਾ ਕੀਤਾ ਉਹ ਖਾਮੋਸ਼ ਰਹੀ ਤੂੰ ਮੇਰੇ ਲੜਕੇ ਨੂੰ ਬਰਬਾਦ ਕਰ ਦੇਂਗੀ ਤੂੰ ਚੁੜੇਲ ਏਂ ਬੰਦੇ ਖਾਣੇ ਤੈਨੂੰ ਰੱਬ ਦਾ ਵੀ ਖੌਫ ਨਹੀਂ ਤੁਜਿਆ ਕਿਉਂ ਕਰਦੀ ਏ ਮੈਂ ਜੋ ਮਰਜ਼ੀ ਕਰਾਂ ਜਦ ਦਫਾ ਵਸਲੇ ਗਾਲਾਂ ਪਕਣ ਲੱਗਾ ਉਹਦੀਆਂ ਅੱਖਾਂ 'ਚ ਖੂਨ ਉਤਰ ਆਇਆ ਸੀ ਉਹਦੀ ਦਾੜ੍ਹੀ ਕੰਬ ਰਹੀ ਸੀ ਉਹਦੇ ਹੱਥਾਂ ਨੇ ਜਾਣੇ ਉਹਦੇ ਵਾਲਾਂ ਤੱਕ ਪਹੁੰਚ ਗਏ ਤੂੰ ਕਿਸੇ ਨਾ ਕਿਸੇ ਹੱਥੋਂ ਜ਼ਰੂਰ ਮਰੇਂਗੀ ਉਹ ਮੁਸਕਰਾਈ ਪਰ ਬੋਲੀ ਕੁਛ ਨਾ ਬੋਤ ਸੁਣ ਲੈਤਾ ਨੂੰ ਜਾ ਤੁਰਦਾ ਬਣ ਤੇ ਆਪਣੀਆਂ ਅੱਡੀਆਂ ਤੇ ਘੁੰਮਦੀ ਵਾਪਸ ਪਰਤ ਗਈ ਵਸਲੀ ਉਹਦੇ ਪਿੱਛੇ ਗਰਜਦਾ ਦੰਦ ਦੰਦ ਪਿੰਦਾ ਰਿਹਾ ਰੇਤ ਤੇ ਵਸਲੀ ਦੇ ਪੈਰਾਂ ਦੇ ਗਹਿਰੇ ਤੇ ਸਪਸ਼ਟ ਨਿਸ਼ਾਨਾਂ ਤੇ ਪੈਰ ਰੱਖਦੀ ਉਹ ਚੱਲਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਤੋਂ ਉਹਨੂੰ ਵਿਦਾ ਕਰਾਈ ਸ੍ਰੀ ਅਜਕਾ ਨੇ ਇਸ ਸਵਾਲ ਨਾਲ ਉਹਦਾ ਸਵਾਗਤ ਕੀਤਾ ਮਾਲਵਾ ਨੇ ਸਹਿਮਤੀ ਨਾਲ ਸਿਰ ਹਿਲਾਇਆ ਯਾਕੋਬ ਉਸ ਵੱਲ ਵੇਖ ਕੇ ਮੁਸਕਰਾਇਆ ਤੈਨੂੰ ਉਹਦੇ ਜਾਣ ਦਾ ਦੁੱਖ ਏ ਸ੍ਰੀ ਅਜਕਾ ਨੇ ਪੁੱਛਿਆ ਪਤਾ ਨਹੀਂ ਮਾਲਵਾ ਨੇ ਰੁਖੀ ਆਵਾਜ਼ ਚ ਕਿਹਾ ਤੂੰ ਚੌਕੀਦਾਰੀ ਦਾ ਕੰਮ ਕਦੋਂ ਸੰਭਾਲ ਰਿਹਾ ਮਾਲਵਾ ਨੇ ਸ੍ਰੀ ਅਜਕਾ ਨੂੰ ਪੁੱਛਿਆ ਅੱਜ ਸ਼ਾਮ ਨੂੰ ਮੈਂ ਵੀ ਤੇਰੇ ਨਾਲ ਚਲਾਂਗੀ ਤੂੰ ਚੱਲਵੇਂਗੀ ਇਹੀ ਤਾਂ ਮੈਂ ਚਾਹਨਾ ਮੈਂ ਵੀ ਚਲਾਂਗਾ ਜ਼ੋਰ ਦੇ ਕੇ ਯਾਕੂਬ ਨੇ ਕਿਹਾ ਤੈਨੂੰ ਕੌਣ ਬੁਲਾ ਰਿਹਾ ਅੱਖਾਂ ਚਪਕਦੇ ਸ੍ਰੀ ਅਜਕਾ ਨੇ ਕਿਹਾ ਮੈਂ ਤੈਨੂੰ ਇੱਕ ਗੱਲ ਸਾਫ਼-ਸਾਫ਼ ਦੱਸ ਦੇਣਾ ਚਾਹਨਾ ਜੇ ਤੂੰ ਇਹਨੂੰ ਤੰਗ ਕੀਤਾ ਤਾਂ ਮੈਂ ਤੈਨੂੰ ਮੱਖੀ ਦੀ ਤਰ੍ਹਾਂ ਮਸਲ ਦੇਵਾਂਗਾ ਯਾਕੂਬ ਦੀ ਗਰਦਨ 'ਵਲ ਵਧਿਆ ਹੋਇਆ ਸ੍ਰੀ ਅਚਕਾ ਦਾ ਚਿਹਰਾ ਸਾਰਾ ਸਰੀਰ ਤੇ ਮਜਬੂਤ ਹੱਥ ਦੇਖ ਕੇ ਕੋਈ ਵੀ ਵਿਸ਼ਵਾਸ ਨਾਲ ਇਹ ਕਹਿ ਸਕਦਾ ਸੀ ਕਿ ਸ੍ਰੀ ਅਚਕਾ ਜੋ ਵੀ ਕਹਿ ਰਿਹਾ ਸੀ ਬਿਲਕੁਲ ਸੱਚ ਸੀ ਇੱਕ ਕਦਮ ਪਿੱਛੇ हट ਕੇ 부ਝੇ ਸੋਚਿਆ ਯਾਕੂਬ ਨੇ ਕਿਹਾ ਮੇਰੀ ਗਲਤੀ ਆ ਸੋਣਾ ਬਸ ਬਸ ਚੁੱਪ ਰਹਿ ਤੂੰ ਆਪਣੇ ਆਪ ਨੂੰ ਕੀ ਸਮਝਦਾ ਹੈ ਤੇਰੇ ਕਰਮਾਂ 'ਚ ਮਾਸ ਨਹੀਂ ਇੱਕ ਅੱਧੀ ਹੱਡੀ ਮਿਲ ਜਾਏ ਇਸੇ ਨੂੰ ਗ੍ਰਹਿਮਤ ਸਮਝ ਇਸ ਤਰ੍ਹਾਂ ਅੱਖਾਂ ਕਿਉਂ ਵਿਖਾ ਰਿਹਾ ਹੈ ਯਾਕੋਬ ਨੇ ਮਾਲਵਾਵਲ ਵੇਖਿਆ ਉਹਦੀਆਂ ਬਿੱਲੀਆਂ ਅੱਖਾਂ ਹੱਸ ਰਹੀਆਂ ਸਨ અપਮਾਨਜਨਕ ਤੇ ਖਿਲੀ ਡਾਉਣ ਵਾਲੀ ਹਾਸੀ ਉਹ ਇਦਾਂ ਪਿਆਰ ਜਿਤਾਉਂਦੀ ਹੋਈ ਸੀ ਰਜਕਾ ਨਾਲ ਬਗਲਗੀਰ ਹੋ ਰਹੀ ਸੀ ਕਿ ਉਹਨੂੰ ਵੇਖ ਕੇ ਯਾਕੋਬ ਦਾ ਸਰੀਰ ਤਰਬਤਰ ਹੋ ਰਿਹਾ ਸੀ ਉਹਨੂੰ ਆਪਣਾ ਆਪ ਠੱਗਿਆ ਠੱਗਿਆ ਮਹਿਸੂਸ ਹੋ ਰਿਹਾ ਸੀ ਦੂਰ ویرਾਨ ਲਹਿਰਾਂ ਦੀ ਤਰ੍ਹਾਂ ਲਹਿਰਾਉਂਦਾ ਰੇਤ ਤੇ ਇੱਕ ਕਾਲਾ ਪਰਛਾਵਾਂ ਤੁਰਿਆ ਜਾ ਰਿਹਾ ਸੀ ਉਹਦੇ ਸੱਜੇ ਪਾਸੇ ਵਿਸ਼ਾਲ ਸਮੁੰਦਰ ਚਮਕ ਰਿਹਾ ਸੀ ਕੱਬੇ ਪਾਸੇ ਦੂਰ ਦੁਮੇਲ ਤੱਕ ਰੇਤ ਫੈਲੀ ਹੋਈ ਸੀ। ਸੁਨਸਾਨ ਰੇਗਿਸਤਾਨ ਦੀ ਤਰ੍ਹਾਂ ਯਾਕੂਬ ਨੇ ਉਸ ਕਾਲੇ ਪਰਛਾਵੇਂ ਵੱਲ ਵੇਖ ਕੇ ਅੱਖਾਂ ਚਪਕੀਆਂ। ਉਹਦੀਆਂ ਅੱਖਾਂ ਵਿੱਚ ਇੱਕ ਦਰਦਈ ਕਲਜਨ ਸੀ ਤੇ ਦੋਨਾਂ ਹੱਥਾਂ ਨਾਲ ਆਪਣੀ ਛਾਤੀ ਮਸਲਣ ਲੱਗਾ। ਮੱਛੀ ਦੇ ਕਾਰਖਾਨੇ ਵਿੱਚੋਂ ਸ਼ੋਰ ਉੱਠ ਰਿਹਾ ਸੀ। ਯਾਕੂਬ ਦੇ ਕੰਨਾਂ 'ਚ ਮਲਵਾ ਦੇ ਚੱਲਾਉਣ ਦੀ ਗੂੰਜ ਦੀ ਗळा ਪਾੜਵੀਂ ਆਵਾਜ਼ ਆਈ। ਮੇਰਾ ਚਾਕੂ ਕਿਸ ਨੇ ਲੈ ਲਿਆ? ਲਹਿਰਾਂ ਦਾ ਸ਼ੋਰ ਗੂੰਜ ਰਿਹਾ ਸੀ। ਸੂਰਜ ਚਮਕ ਰਿਹਾ ਸੀ ਤੇ ਸਮੁੰਦਰ ਹੱਸ ਰਿਹਾ ਸੀ ਧੰਨਵਾਦ ਸਮਾਪਤ